ਹਾਂਜੀ ਦੋਸਤੋ, ਅਸੀਂ ਖੜੇ ਆਂਗੇ ਚਾਂਦ ਪਰ, ਉੱਥੇ ਅੱਜ ਚੈੱਕ ਕਰਾਉਣੇ ਆ ਪਾਣੀ ਦਾ ਪੱਧਰ। ਦਿਨ ਹੈਗਾ ਅੱਜ ਮੰਗਲਵਾਰ 25 ਤਰੀਕ, ਜੋ ਪਾਣੀ ਦਾ ਪੱਧਰ ਹੈ ਤਾਂ 9 ਕੁ ਫੁੱਟ 'ਤੇ ਹੈਗਾ, 9.5 ਫੁੱਟ 'ਤੇ ਤਾਂ 10 ਕੁ ਫੁੱਟ 'ਤੇ ਹੱਦ ਛੱਲ ਮਾਰ ਕੇ ਜਾਂਦਾ ਗਾ। ਤੁਸੀਂ ਦੇਖ ਸਕਦੇ ਹੋ ਜੋ ਚਾਰੇ ਪਾਸੇ ਖੇਤ ਭਰੇ ਹੋਏ ਸੀ ਤਾਂ ਉਹਨਾਂ ਦੇ ਵਿੱਚੋਂ ਇਹ ਪਾਣੀ ਝੜ ਕੇ ਤਾਂ ਹੁਣ ਦੁਬਾਰਾ ਘੱਗਰ ਦਰਿਆ ਦੇ ਵਿੱਚ ਹੀ ਨਿਕਲ ਕੇ ਚਲਾ ਗਿਆ। ਉੱਥੇ ਹੀ ਜੋ ਹਾਲਾਤ ਨੇ ਹੁਣ ਪਹਿਲਾਂ ਵਰਗੇ ਹੋ ਗਏ ਨੇ, ਅਤੇ ਉੱਥੇ ਹੀ ਜੋ ਦੱਸਿਆ ਜਾ ਰਿਹਾ ਕਿ ਪੰਚਕੂਲੇ ਵਾਲੀ ਸਾਈਡ ਤੋਂ, ਜੋ ਖਨੌਰੀ ਵਾਲੀ ਸਾਈਡ ਤੋਂ, ਅੰਬਾਲੇ ਵਾਲੀ ਸਾਈਡ ਤੋਂ ਜੋ ਪਾਣੀ ਆਉਣਾ ਸੀਗਾ ਤਾਂ ਉਹ ਅਜੇ ਤੱਕ ਇੱਥੇ ਪਾਣੀ ਨਹੀਂ ਪਹੁੰਚਿਆ। ਅਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਜੋ ਹਾਲਾਤ ਨੇ ਉਹ ਪਹਿਲਾਂ ਨਾਲੋਂ ਬਹੁਤ ਹੀ ਬਿਹਤਰ ਨੇ, ਅਤੇ ਜੋ ਪਹਿਲਾਂ ਨਾਲੋਂ ਦਰਵਾਜ਼ੇ ਵੀ ਨੰਗੇ ਹੋ ਗਏ ਨੇ, ਅਤੇ ਇੱਥੇ ਜੋ ਪਿਛਲੇ ਦਿਨੀ JCB ਰਾਹੀਂ ਇਹਦੀ ਸਫਾਈ ਵੀ ਕਰ ਦਿੱਤੀ ਗਈ ਹੈ। ਬਾਕੀ ਦੋਸਤੋ, ਜੋ ਪਿਛਲੇ ਪਾਸੋਂ ਚੇਤਾਵਨੀ ਆਉਂਦੀ ਸੀ ਕਿ ਪਾਣੀ ਜੋ ਪੰਚਕੂਲਾ ਵਾਲੀ ਸਾਈਡ ਤੋਂ ਚੱਲਿਆ ਹੋਇਆ ਤਾਂ ਹਜੇ ਤੱਕ ਉਹ ਇੱਥੇ ਨਹੀਂ ਪਹੁੰਚਿਆ। ਅਤੇ ਉੱਥੇ ਹੀ ਅਸੀਂ ਇੱਕ ਅਪੀਲ ਤੁਹਾਨੂੰ ਇਹ ਵੀ ਕਰਦੇ ਹਾਂ ਕਿ ਜੋ ਇੱਥੇ ਹਰਿਆਣਾ ਸਰਕਾਰ ਹੈ ਤਾਂ ਉਹ ਤੰਗ ਕਰ ਰਹੀ ਹੈ, ਇੱਥੇ ਗੱਟੇ ਲੈ ਕੇ ਆਉਣ ਨਹੀਂ ਦਿੱਤਾ ਜਾ ਰਿਹਾ। ਅਤੇ ਹਾਲਾਤ ਇੱਥੇ ਪਹਿਲਾਂ ਆਮ ਵਾਂਗ ਸੁਖਾਲੇ ਹੋ ਗਏ ਨੇ, ਅਤੇ ਚਾਰੇ ਪਾਸੇ ਜੋ ਝੋਨਾ ਲੱਗਣਾ ਇੱਥੇ ਸ਼ੁਰੂ ਹੋ ਗਿਆ ਹੈਗਾ। ਇਹ ਨਾਲੀ ਇੱਥੋਂ ਲਗਭਗ 2-3 ਕਿੱਲੇ ਹੈਗੇ, ਅਤੇ ਤੁਸੀਂ ਦੇਖ ਸਕਦੇ ਗੇ ਚਾਰੇ ਪਾਸੇ ਜੋ ਝੋਨਾ ਲੱਗਣਾ ਸ਼ੁਰੂ ਹੋ ਗਿਆ ਅਤੇ ਝੋਨਾ ਲੱਗ ਗਿਆ ਹੈਗਾ। ਅਤੇ ਇੱਥੇ ਹਾਲਾਤ ਜੋ ਪਹਿਲਾਂ ਵਰਗੇ ਹੀ ਹੋ ਗਏ ਨੇ, ਅਤੇ ਸਾਰਿਆਂ ਨੂੰ ਡਰਨ ਦੀ ਕੋਈ ਵੀ ਲੋੜ ਨਹੀਂ, ਅਤੇ ਆਪਣਾ ਆਪਣਾ ਜੋ ਝੋਨਾ ਲਗਾਓ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦਿਓ ਕਿ ਜੋ ਅਫਵਾਹਾਂ ਆਉਂਦੀਆਂ ਨੇ ਕਿ ਪਾਣੀ ਦਾ ਪੱਧਰ ਜੋ ਪਿਛਲੇ ਪਾਸੇ ਵੱਧ ਗਿਆ ਤਾਂ ਹਜੇ ਤੱਕ ਕੋਈ ਵੀ ਪਾਣੀ ਜੋ ਚਾਂਦਪੁਰੇ ਨਹੀਂ ਪਹੁੰਚਿਆ। ਜੁੜੇ ਰਹੋ ਇੱਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ। ਦਿਓ ਇਜਾਜ਼ਤ, ਰੱਬ ਰਾਖਾ।